ਪੁੱਛਣ ਇਸ ਜ਼ਕਰੀਆ ਖਾਨ ਕਹਿੰਦਾ ਹੈ ਹੁਣ ਤੈਨੂੰ ਮੈਂ ਆਖਰੀ ਗੱਲ ਦੱਸ ਦਿੱਤੀ ਹੈ ਹੁਣ ਤੂੰ ਇੱਕ ਵਾਰਾ ਦੱਸ ਦੇ ਕਿ ਤੇਰੀ ਕੀ ਸਲਾਹ ਹੈ ਮੈਂ ਆ ਜਿਹੜੀ ਸਿੱਖੀ ਦਾ ਤੂੰ ਮਾਣ ਕਰਦਾ ਹੈ ਮੈਂ ਨਾਈ ਨੂੰ ਮੁਗਵਾ ਕੇ ਮੈਂ ਜ਼ਬਰਦਸਤੀ ਤੇਰੇ ਬਾਲ ਕਟਵਾ ਦਿਆਂਗਾ ਫਿਰ ਮੈਂ ਦੇਖਾਂਗਾ ਹੁਣ ਤੂੰ ਦੱਸ ਦੇ ਇੱਕ ਵਾਰ ਕਿ ਤੇਰੀ ਕੀ ਸਲਾਹ ਹੈ ਤਾਰੂ ਸਿੰਘ ਗੁਰਸਿੱਖ ਕਹਿੰਦਾ ਹੈ ਸੂਬਿਆ ਤੈਨੂੰ ਵਾਰ ਵਾਰ ਮੈਂ ਕੀ ਆਖਾਂ ਬੰਦੇ ਦਾ ਇਨਸਾਨ ਦਾ ਇੱਕੋ ਹੀ ਵਚਨ ਹੁੰਦਾ ਹੈ ਔਰ ਮੈਂ ਤਾਂ ਤੈਨੂੰ ਦੱਸ ਦਿੱਤਾ ਹੈ ਕਿ ਸੂਰਜ ਚੜ੍ਹੋਂ ਭਾਵੇਂ ਹਟ ਜਾਏ ਜ਼ਮੀਨ ਉੱਪਰ ਚਲੇ ਜਾਏ ਅਸਮਾਨ ਹੇਠਾਂ ਆ ਜਾਏ ਇਹ ਬੇਸ਼ੱਕ ਹੋ ਜਾਵੇ ਪਰ ਤਾਰੂ ਸਿੰਘ ਕਦੀ ਸਿੱਖੀ ਤੋਂ ਬਾਹਰ ਨਹੀਂ ਹੋ ਸਕਦਾ ਔਰ ਇਸੇ ਤਰ੍ਹਾਂ ਹੀ ਇਹ ਸਿੱਖ ਰਹੇਗਾ ਤਾਂ ਕਹਿੰਦਾ ਇਸ ਗੱਲ ਨੂੰ ਸਜੀਤ ਜੀ ਆਪਦੇ ਸਾਹਮਣੇ ਇੱਕ ਗੀਤ ਦੇ ਵਿੱਚ ਪੇਸ਼ ਕਰਦੇ ਹਨ ਆਪ ਜੀ ਧਿਆਨ ਦੇ ਨਾਲ ਬੜੀ ਦੇਰ ਬਾਅਦ ਦਰਬੀ ਦੀ ਸੰਗਤ ਦੇ ਦਰਸ਼ਨ ਕੀਤੇ ਹਨ ਔਰ ਇਹ ਵੀ ਸਤਿਗੁਰੂ ਦੇ ਅਖਤਿਆਰ ਦੀ ਗੱਲ ਹੈ ਜੋ ਜਿੱਥੇ ਦਾ ਅੰਜਲ ਹੁੰਦਾ ਹੈ ਉੱਥੇ ਹੀ ਜਾਇਆ ਜਾ ਸਕਦਾ ਹੈ ਅੱਜ ਭਾਗਾਂ ਦੇ ਨਾਲ ਆਪ ਜੀ ਦੇ ਸੱਦੇ 'ਤੇ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ ਜੇ ਇੰਨੀਆਂ ਚਿਰਾਂ ਬਾਅਦ ਕੋਈ 5-10 ਮਿੰਟ ਦਾਦਾ ਪਿੱਛਾ ਵੀ ਹੋ ਗਿਆ ਤਾਂ ਦਰਗੁਜ਼ਰ ਕਰਨਾ ਖਿਆਲ ਵਿੱਚ ਨਾ ਲਿਆਉਣਾ ਔਰ ਮੈਂ ਮਾਫ਼ੀ ਦਾ ਖਾਸ ਗੁਜ਼ਾਰ ਹਾਂ ਔਰ ਬਹੁਤ ਜ਼ਿਆਦਾ ਚਿਰ ਨਹੀਂ ਐਵੇਂ 5-10 ਮਿੰਟ ਦਾਦਾ ਪਿੱਛਾ ਹੋਵੇਗਾ ਆਪ ਜੀ ਧਿਆਨ ਦੇ ਨਾਲ ਸ਼ਰਮ ਕਰਨਾ ਤਾਰੂ ਸਿੰਘ ਜੀ ਇਸ ਵੇਲੇ ਸੂਬੇ ਦੇ ਸਾਹਮਣੇ ਕੀ ਵਚਨ ਕਰਦੇ ਨੂੰ ਬਿਆਨ ਕਰਦੇ ਹਨ ਆਪ ਜੀ ਧਿਆਨ ਦੇ ਨਾਲ 2 ਮਿੰਟ ਲਈ ਸਜੀ ਜੀ ਪਾਸੋਂ ਚੱਲ ਕਰਦੇ ਦਿਲ ਨੂੰ ਮੈਂ ਕਦੇ ਵੀ ਡਲਾਉਣਾ